ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਨਿਗਾ ਤੋਂ ਇੱਕ ਨੁਸਖਾ ਲੈ ਕੇ ਆਈ ਆ ਸੋ ਅੱਜ ਦਾ ਜੋਗ ਹੈ ਜਿਹੜਾ ਸਾਰਾ ਦਿਨ ਆਪਾਂ ਫੋਨ ਦੇਖੀ ਜਾਂਦੇ ਆ ਜਾਂ ਜਿਵੇਂ ਹੁਣ ਬੱਚੇ ਉਹ ਪੜ੍ਹਾਈ ਕਰਦੇ ਨੇ ਜਾਂ ਦਫ਼ਤਰਾਂ ਵਿੱਚ ਆਪਾਂ ਸਾਰਾ ਦਿਨ ਕੰਮ ਕਰਦੇ ਆ ਸੋ ਆਪਣੀ ਜਿਹੜੀ ਨਿਗਾ ਉਹ ਬਹੁਤ ਜ਼ਿਆਦਾ ਲੱਗਦੀ ਆ ਸੋ ਜਿਹੜੀਆਂ ਆ ਚੀਜ਼ਾਂ ਆਪਾਂ ਵਰਤ ਕੇ ਆਪਣੀ ਨਿਗਾ ਨੂੰ ਇੱਕ ਠਟਕਾ ਸਕਦੇ ਆ ਮਤਲਬ ਨਿਗਾ ਨੂੰ ਘਟਣ ਤੋਂ ਰੋਕ ਸਕਦੇ ਆ ਇਹ ਚੀਜ਼ਾਂ ਆਪਣੇ ਬ੍ਰੇਨ ਨੂੰ ਵੀ ਡਿਵੈਲਪ ਕਰ ਰਹੀਆਂ ਆਪਣੇ ਦਿਮਾਗ ਵਾਸਤੇ ਵੀ ਵਧੀਆ ਨੇ ਨਿਗਾ ਵਾਸਤੇ ਵੀ ਵਧੀਆ ਨੇ ਸੋ ਆਪਾਂ ਬੱਚਿਆਂ ਨੂੰ ਵੀ ਦੇ ਸਕਦੇ ਆ ਆਪ ਵੀ ਲੈ ਸਕਦੇ ਆ ਇਹਦੇ ਲਈ ਆਪਾਂ ਦੋ ਅੰਜੀਰ ਲਵਾਂਗੇ ਪ ਤੇ ਸੇ ਤੋਂ ਸਾਤ ਆਪਾਂ ਲਿਆਂਨੇ ਕਿਸ ਮਿਸ ਜੀ ਨੂੰ ਦਾਖਾ ਕਹਿੰਦੇ ਨੇ ਉਹ ਲੈ ਲੈਣੀਆਂ ਨੇ ਤੇ ਇਹਨੂੰ ਆਪਾਂ ਕਿਸੇ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਰੱਖ ਦੇਣੀ ਹੈ ਤੇ ਸਾਰੀ ਰਾਤ ਆਪਾਂ ਇਹਨੂੰ ਪਿਉਂ ਕੇ ਰੱਖ ਦੇਣਾ ਇੱਕ ਗਲਾਸ ਆਪਾਂ ਪਾਣੀ ਦਾ ਪਾ ਲੈਣਾ ਇਹਦੇ ਵਿੱਚ ਸਾਰੀ ਰਾਤ ਆਪਾਂ ਇਹਨੂੰ ਚੰਗੀ ਤਰ੍ਹਾਂ ਭੋਕੇ ਰੱਖ ਦੇਣਾ ਤੇ ਸਵੇਰੇ ਆਪਾਂ ਇਹਨੂੰ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾ ਲੈਣਾ ਇਹ ਆਪਾਂ ਬੱਚਿਆਂ ਨੂੰ ਵੀ ਦੇ ਸਕਦੇ ਆ ਤੇ ਆਪ ਵੀ ਲੈ ਸਕਦੇ ਆ ਕੋਈ ਇਹਦਾ ਸਾਈਡ ਇਫੈਕਟ ਨਹੀਂ ਬਹੁਤ ਹੀ ਵਧੀਆ ਇਹ એનર્ਜੀ ਵਾਲੀ ਚੀਜ਼ ਆ ਇਹਦੇ ਵਿੱਚ ਵਿਟਾਮਿਨ ਤੇ omega 3 ਫੈਟੀ ਐਸਿਡ ਹੁੰਦੇ ਨੇ ਸੋ ਇਹ ਆਪਣੇ ਦਿਮਾਗ ਵਾਸਤੇ ਵੀ ਵਧੀਆ ਨੇ ਤੇ ਆਪਣੀ ਨਿਗ੍ਹਾ ਨੂੰ ਵੀ ਸੁਰੱਖਿਅਤ ਰੱਖਦੀ ਨਹੀਂ ਸੋ ਇਹ ਬਹੁਤ ਹੀ ਵਧੀਆ ਜਿਹੜਾ ਨੁਸਖਾ ਹੈਗਾ ਅੱਗੇ ਜਰੂਰ ਸ਼ੇਅਰ ਕਰੋ ਜੀ ਤਾਂ ਜੋ ਜਿਹੜੇ ਹੁਣ ਬੱਚੇ ਬਹੁਤ ਜ਼ਿਆਦਾ ਫੋਨ ਦੇਖਦੇ ਨੇ ਜਾਂ ਆਪਾਂ ਵੀ ਖੁਦ ਫੋਨ ਬਹੁਤ ਯੂਜ਼ ਕਰਦੇ ਆ ਸੋ ਦਫ਼ਤਰਾਂ ਵਿੱਚ ਜਿਹੜੇ ਕ ਉਨਾਂ ਵਾਸਤੇ ਜਿਹੜਾ ਨੁਸਖਾ ਹੈ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਨਿਗਾ ਮਤਲਬ ਘਟਣ ਨਹੀਂ ਦੇਊਗਾ ਇੱਕ ਤਾਂ ਟਿਕਾਈ ਰੱਖੂਗਾ ਵਧੀਆ ਇਹ ਨੁਸਖਾ ਹੈਗਾ ਸੋ ਸਾਰਿਆਂ ਨੂੰ ਡਾਊਟ ਹੁੰਦਾ ਵੀ ਇਹ ਚੀਜ਼ਾਂ ਤਾਂ ਗਰਮ ਨੇ ਪਰ ਸਾਰੀ ਰਾਤ ਆਪਾਂ ਜਦੋਂ ਪਾਣੀ ਵਿੱਚ ਪਿਵਾਵਾਂਗੇ ਤਾਂ ਜਿਹੜੀ ਇਹਦਾ ਤਾਸੀਰ ਹੈ ਉਹ ਠੰਡੀ ਹੋ ਜਾਊਗੀ ਸੋ ਡਰਨ ਦੀ ਕੋਈ ਲੋੜ ਨਹੀਂ ਇਹਨੂੰ ਹਰੇਕ ਯੂਜ਼ ਕਰ ਸਕਦਾ ਸੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਸੋ ਅੱਗੇ ਜ਼ਰੂਰ ਸ਼ੇਅਰ ਕਰਿਓ ਜੀ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਜੀ ਪੇਜ ਨੂੰ ਫੋਲੋ ਕਰਿਓ ਵੀਡੀਓ ਦੇਖ ਲਈ ਸੋ ਬਹੁਤ-ਬਹੁਤ ਧੰਨਵਾਦ ਜੀ